ਤਸਵੀਰਾਂ ਫਰੀਦਕੋਟ ਦੇ ਪਿੰਡ ਟਹਿਣਾ ਦੇ ਕੋਲ ਬਣੇ ਹਾਈਟੈਕ ਨਾਕੇ ਦੀਆਂ ਹਨ, ਜਿੱਥੇ ਕਿ ਪੁਲਿਸ ਦੇ ਡਰ ਤੋਂ ਇੱਕ ਅਟੈਚੇ ਸੁੱਟ ਕੇ ਦੋ ਅਣਪਛਾਤੇ ਨੌਜਵਾਨ ਫਰਾਰ ਹੋਏ। ਜਦ ਪੁਲਿਸ ਵੱਲੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਤਲਾਸ਼ੀ ਤੋਂ ਬਾਅਦ ਅਟੈਚੀ ਦੇ ਕੇਸ ਦੇ ਵਿੱਚੋਂ ਕਰੀਬ 5 ਪਿਸਤੌਲ ਅਤੇ ਮੈਗਜ਼ੀਨ ਬਰਾਮਦ ਹੋਏ ਹਨ, ਜਿਨ੍ਹਾਂ ਤੋਂ ਬਾਅਦ ਹੁਣ ਪੁਲਿਸ ਉਹਨਾਂ ਅਣਪਛਾਤੇ ਨੌਜਵਾਨਾਂ ਦੀ ਭਾਲ ਦੇ ਵਿੱਚ ਜੁਟ ਗਈ ਹੈ। ਪੁਲਿਸ ਦੇ ਨਾਕੇ ਤੋਂ ਦੌੜਦੇ ਦੋਵੇਂ ਨੌਜਵਾਨ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਏ ਹਨ, ਜਿਸ ਤੋਂ ਬਾਅਦ ਪੁਲਿਸ ਵੱਲੋਂ ਹੁਣ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਹਨ। ਇਸ ਸਾਰੇ ਮਾਮਲੇ ਸੰਬੰਧੀ ਐਸਪੀ ਜਸਬੀਰ ਸਿੰਘ ਨੇ ਹੋਰ ਜਾਣਕਾਰੀ ਦਿੱਤੀ ਹੈ। ਉਹਨਾਂ ਕਿਹਾ ਕਿ ਮਾਮਲਾ 2 ਸਤੰਬਰ ਦੀ ਰਾਤ ਨੂੰ ਪਿੰਡ ਟਹਿਣਾ ਦੇ ਕੋਲ ਲੱਗੇ ਨਾਕੇ ਤੋਂ ਸਾਹਮਣੇ ਆਇਆ ਹੈ। ਮੈਂ ਆਪਣੀ ਜਿਹੜੀ ਬੀਤੇ ਦਿਨ ਨਿਕਲ ਕੇ ਗਿਆ ਹੈ, ਇਹ ਰਾਤ ਨੂੰ ਆਪਣੀ ਜਿਹੜੀ ਪੁਲਿਸ ਪਾਰਟੀ ਹੈ, ਹੁਣ ਅੱਜ ਕੱਲ੍ਹ ਅਸੀਂ ਗਸ਼ਤ ਵਧਾਈ ਹੋਈ ਹੈ ਆਪਣੇ ਜ਼ਿਲ੍ਹੇ 'ਚ, ਹਾਈਵੇਜ਼ ਦੀ ਵੀ ਅਤੇ ਪੀ ਸੀ ਆਰ ਪਾਰਟੀਜ਼ ਵੀ ਐਕਟੀਵੇਟ ਕੀਤੀਆਂ ਹੋਈਆਂ, ਲਿੰਕ ਰੋਡਸ 'ਤੇ ਵੀ ਅਸੀਂ ਵਧਾਈ ਹੋਈ ਹੈ ਗਸ਼ਤ। ਅਤੇ ਉਹ ਜਦੋਂ ਗਸ਼ਤ ਕਰ ਰਹੇ ਸੀ ਅਤੇ ਜਿਹੜਾ ਆਪਣਾ ਪੱਕੇ ਵਾਲਾ ਅੱਡੇ ਦੇ ਕੋਲ ਪਹੁੰਚੇ ਤਾਂ ਉਹਨਾਂ ਨੂੰ ਕੁਝ ਦੋ ਮੋਨੇ ਨੌਜਵਾਨ ਜਿਹੜੇ ਹੈਗੇ ਦਿਸੇ ਨੇ ਹੈਗੇ ਆ, ਅਤੇ ਉਹ ਜਦੋਂ ਇਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਮੋਨੇ ਨੌਜਵਾਨ ਜਿਹੜੇ ਹੈਗੇ ਅਟੈਚੀ ਸੱਟ ਕੇ ਭੱਜ ਗਏ ਨੇ। ਉਹਨਾਂ ਪਿੱਛਾ ਤਾਂ ਕੀਤਾ ਪਰ ਹਨੇਰੇ ਦੀ ਓਟ ਲੈ ਕੇ ਉਹ ਕਿਹੜਾ ਭੱਜਣ 'ਚ ਕਾਮਯਾਬ ਹੋ ਗਏ। ਜਦੋਂ ਅਟੈਚੀ ਖੋਲ੍ਹ ਕੇ ਦੇਖਿਆ ਅਤੇ ਉਹਦੇ 'ਚ ਆਪਾਂ ਨੂੰ ਪਿਸਟਲ ਮਿਲੇ ਨੇ ਅਤੇ ਖਾਲੀ ਮੈਗਜ਼ੀਨ 2 ਮਿਲੇ ਨੇ, ਜਿਹੜੇ 5 ਪਿਸਟਲ ਪਲੱਸ ਉਹਨਾਂ ਦੇ ਵਿੱਚ ਮੈਗਜ਼ੀਨ ਸੀ ਅਤੇ 1-2 ਨਾਲ ਮੈਗਜ਼ੀਨ ਐਕਸਟਰਾ ਸੀ, ਕਾਰਤੂਸ ਕੋਈ ਨਹੀਂ ਮਿਲਿਆ। ਫਿਰ ਜਿਸ ਦੇ ਚੱਲਦੇ ਅਸੀਂ ਇੱਕ ਪਰਚਾ ਅਸਲ ਐਕਟ ਦੇ ਅੰਡਰ 135 ਨੰਬਰ ਮੁਕੱਦਮਾ ਹੈਗਾ, ਇਹ ਆਪਾਂ ਸਦਰ ਫਰੀਦਕੋਟ ਥਾਣੇ ਦਾ ਕਿਉਂਕਿ ਏਰੀਆ ਸੀ ਉੱਥੇ ਦਰਜ ਕੀਤਾ ਜੀ। ਅਤੇ ਹੁਣ ਉਹ ਬੰਦਿਆਂ ਦੀ ਅਸੀਂ ਭਾਲ ਕਰ ਰਹੇ ਹਾਂ, ਅਲੱਗ ਅਲੱਗ ਟੀਮਾਂ ਬਣਾਈਆਂ ਅਤੇ ਉਮੀਦ ਹੈ ਸਾਡੀ ਕੋਸ਼ਿਸ਼ ਵੀ ਹੈ ਅਤੇ ਜਲਦੀ ਇਸ ਚੀਜ਼ ਨੂੰ ਬੰਦੇ ਵੀ ਫੜ ਲਾਂਗੇ। ਇਹ ਤਾਂ ਹੁਣ ਦੇਖੋ 5 ਵੈਪਨ ਇਕੱਠੇ ਮਿਲਣੇ ਅਤੇ ਇਟਸ ਵੀ ਬੜੀ ਵੱਡੀ ਗੱਲ ਹੈਗੀ ਹੈ, ਅਤੇ ਕਿਸ ਪਰਪਜ਼ ਵਾਸਤੇ ਅਸੀਂ ਇਹ ਬੰਦੇ ਨੂੰ ਜਦੋਂ ਅਸੀਂ ਫੜ ਲਾਂਗੇ ਫਿਰ ਸਾਨੂੰ ਕਲੀਅਰ ਹੋਏ। ਕਦੋਂ ਦੀ ਘਟਨਾ ਕਰ ਰਹੇ? ਇਹ 3-9 ਰਾਤ ਦੀ ਹੋ। ਇਹ ਕਿਹੜਾ ਜੀ, ਦੇਖੋ ਬਣੇ ਜਿਹਨੂੰ ਕਿ ਲੱਗਦੇ ਹਜੇ FSL ਭੇਜਾਂਗੇ, ਉੱਥੋਂ ਦੇਖਣ ਨੂੰ ਤਾਂ ਸੋਫਿਸਟੀਕੇਟਡ ਵੈਪਨ ਲੱਗਦੇ ਹੈਗੇ ਨੇ। FSL ਜਿਹੜੀ ਸਾਡੀ ਜਾਂਦੀ ਹੁੰਦੀ ਹੈ ਫਿਰ ਉੱਥੋਂ ਸਾਰਾ ਪਤਾ ਲੱਗਦਾ ਕਿੱਦਾਂ ਦਾ ਹੈ, ਕਿਸ ਟਾਈਪ ਦੇ ਸਰ? ਮੈਗਜ਼ੀਨ ਵਾਲੇ ਹੈ ਜੀ, ਜਿਹਨੂੰ ਕਿ ਕਹਿੰਦੇ ਆ ਸਿੰਗਲ ਸ਼ੋਟ ਨਹੀਂ ਹੈਗਾ, ਮੈਗਜ਼ੀਨ ਵਾਲੇ। ਫਰੀਦਕੋਟ ਤੋਂ ਨਰੇਸ਼ ਸੇਠੀ ਦੀ ਰਿਪੋਰਟ, ਪੰਜਾਬ ਟੂਡੇ।